ਹੈਲੋ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹੋਰ ਸੁਣਾਓ ਸਾਰੇ ਕਿਵੇਂ ਹੋ? ਆਈ ਹੋਪ ਸਭ ਵਧੀਆ ਹੋਵੋਗੇ, ਖੁਸ਼ ਹੋਵੋਗੇ। ਅਤੇ ਮੈਂ ਇੱਥੇ ਲੱਗੀ ਸੀ ਘਰ ਦੀ ਸਾਫ਼ ਸਫਾਈ, ਅਤੇ ਕੰਮ ਵਾਲੇ ਆਂਟੀ ਲਾਏ ਨੇ ਪਰ ਉਹ ਨਹੀਂ ਸੀ ਆਏ, ਇਸ ਕਰਕੇ ਮੈਂ ਫਟਾਫਟ ਕੰਮ ਕਰਨ ਲੱਗ ਗਈ ਸੀ ਸਫਾਈਆਂ, ਅਤੇ ਝਾੜੂ ਲਾ ਕੇ ਪੋਚੇ ਲਾਉਣ ਲੱਗ ਗਈ ਸੀ ਮੈਂ, ਅਤੇ ਕੰਮ ਬਹੁਤ ਜ਼ਿਆਦਾ ਸੀ ਅਤੇ ਮੈਂ ਫਟਾਫਟ ਮੈਂ ਕਿਹਾ ਕੰਮ ਕਰ ਲਈਏ। ਅਤੇ ਅੱਜ ਜਾਣਾ ਸੀ ਮੈਂ ਬਾਜ਼ਾਰ ਸ਼ੋਪਿੰਗ ਕਰਨ, ਅਤੇ ਫਿਰ ਮੈਂ ਸੋਚਿਆ ਫਟਾਫਟ ਕੰਮ ਕਰ ਲਾਂ ਟਾਈਮ ਨਾਲ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਆ, ਅਤੇ ਟਾਈਮ ਨਾਲ ਕੰਮ ਨਿਬੇੜ ਕੇ ਅਤੇ ਫਿਰ ਆਪਾਂ ਜਾਵਾਂਗੇ ਬਾਜ਼ਾਰ, ਕਿਉਂਕਿ ਕਾਫ਼ੀ ਜ਼ਿਆਦਾ ਗੰਦ ਸੀ। ਆਂਟੀ ਮੈਨੂੰ ਕਹਿੰਦੇ ਜ਼ਿਆਦਾ ਸਾਫ਼ ਨਹੀਂ ਆ ਅਤੇ ਜ਼ਿਆਦਾ ਸਫਾਈ ਨਹੀਂ ਹੋਣੀ, ਪਰ ਜਦੋਂ ਮੈਂ ਦੂਸਰੇ ਕਮਰੇ 'ਚ ਗਈ ਅਤੇ ਆਹ ਸੋਫੇ ਸੂਫੇ ਸਭ ਬੈੱਡ ਥੱਲੋਂ ਆਂਟੀ ਨਹੀਂ ਕੱਢਦੇ ਗੰਦ, ਅਤੇ ਫਿਰ ਮੈਂ ਬੈੱਡਾਂ ਬੁੱਡਾਂ ਥੱਲੋਂ ਕੱਢਿਆ, ਸਾਫ਼ ਸਫਾਈ ਕੀਤੀ। ਹਾਂਜੀ, ਫਿਰ ਆਪਾਂ ਆ ਗਏ ਸੂਟ ਲੈਣ। ਇਹ ਵਿਖਾਇਆ ਸੀ ਮੈਨੂੰ ਨਹੀਂ, ਸਲਵਾਰ ਇਸ ਕਲਰ ਚ ਹੀ ਆ, ਕੀ ਰੇਟ ਇਹਦਾ? ਇੱਕ ਹਜ਼ਾਰ ਤੱਕ। ਸੋਹਣਾ ਹੈ ਪਰ ਲਾਈਨਿੰਗ ਲੱਗਣੀ ਹੈ ਨਾ, ਲੱਗੂਗੀ ਪਰ ਜੇ ਲਗਾਓ ਤਾਂ ਲਵਾ ਲਿਓ ਸ਼ਾਇਦ। ਲੱਗੂਗੀ ਲਾਈਨਿੰਗ, ਮੈਨੂੰ ਤਾਂ ਸਲਵਾਰ 'ਤੇ ਵੀ। ਸਲਵਾਰ ਦਾ ਕੱਪੜਾ ਇਹਦਾ ਇਹ ਕੀ ਰੇਂਜ? ਇੱਥੇ ਹੀ ਪਿਆ ਸੀ, ਹਾਂ ਆਹ ਤਾਂ ਠੀਕ। ਇੱਕ ਦੂਸਰਾ ਕੋਈ ਵਧੀਆ ਜਿਹਾ ਦਿਖਾਓ। ਕਿੰਨੀ ਲਾਈਟ ਆਉਣ ਦਿਆ ਫੋਨ 'ਚ? ਫੋਨ 'ਚ ਇੱਦਾਂ ਹੀ ਖੇਡੂੰ, ਇਹਦੇ ਕਲਰ ਹੋ ਗਿਆ ਗਿਆ ਅਤੇ ਕਿਹਾ ਸੀ ਜਾਂ ਅਤੇ ਜਾਂ ਇੱਕ ਆ ਆਈ ਗਈ ਵੀ ਛੇ ਕੀ, ਹਾਂ ਇੱਦਾਂ ਹੀ ਤਿੰਨ ਉਂਗਲਿਆਂ ਨਾਲ ਮਾਰ ਲਓ ਉੱਤੇ ਵੀ ਅੱਜ ਦਾ ਹੀ ਪਾਸਵਰਡ ਦਾ ਮਾਰੇ ਕੱਲ੍ਹ ਕੁਝ ਕਰੇਗੀ।
ਵੀ ਠੀਕ ਜਿਹੀ ਆ ਆਪਣੇ ਵਾਸਤੇ ਲੈਣਾ ਇਹ ਵਧੀਆ ਕੋਈ ਨਵੀਂ ਵਰਾਇਟੀ ਨਹੀਂ ਆਈ ਕੋਈ ਨਵੇਂ ਨਹੀਂ ਆਈ ਕੋਈ ਵਧੀਆ ਚੰਗੇ ਨਵੇਂ ਆ ਨਹੀਂ ਪੁਰਾਣੇ ਜਿਹੇ ਲੱਗਦੇ ਆ ਇਹ ਬਾਕੀ ਕਾਟਨ ਆ ਨਾ ਕਾਟਨ ਨਹੀਂ ਆਉਂਦੀ ਆ ਤਾਂ ਰਾਤ ਨੂੰ ਚਮਕਣ ਵਾਲਾ ਤੁਸੀਂ ਦਿਨ ਕੇ ਚਮਕਾ ਦਿਓ ਕੀ ਭਰਨਾ ਇਹ ਕਿੰਨੀ ਰੇਂਜ ਤੱਕ ਆ 890 ਦਾ ਅੱਛਾ ਤੇ ਆ ਜਿਹੜਾ ਥੱਲੇ ਵਾਲਾ ਆ ਥੱਲੇ ਵਾਲਾ ਆ ਵਾਲਾ ਹਾਂ ਆ ਵੀ 890 ਦਾ ਜੀ ਠੀਕ ਆ ਥੋੜਾ ਜਿਹਾ ਹੋਰ ਇਸ ਤੋਂ ਮਤਲਬ ਕਿ ਤਾਂ ਰੇਂਜ ਤੱਕ ਦਿਖਾ ਦਿਓ ਵਧੀਆ ਹਾਂ ਪਾਇਆ ਵੀ ਵਧੀਆ ਲੱਗੇ ਹਜ਼ਾਰ ਦੀ ਰੇਂਜ ਨਹੀਂ ਹਜ਼ਾਰ ਦੀ ਰੇਂਜ ਵਾਲਾ ਤਾਂ ਹੋਰ ਭੈੜਾ ਜਿਹਾ ਆ ਗਿਆ ਭੈੜਾ ਸੋਹਣੀ ਚੀਜ਼ ਆ ਪਾਈ ਸੋਹਣੀ ਲੱਗਦੀ ਇਹ ਤਾਂ ਵਰਾਇਟੀ ਬੜੀ ਗਈ ਆ ਸੂਟ ਤਾਂ ਦਿਖਾ ਦਿਓ ਹਾਂ ਵਧੀਆ ਜਿਹੜੇ ਪਾਏ ਵੀ ਵਧੀਆ ਲੱਗਣ ਆਹ ਵਾਲਾ ਇੱਕ ਯੈਲੋ ਜਿਹਾ ਪਿਆ ਆਹ ਯੈਲੋ ਜਿਹਾ ਸੁੱਟ ਦੋ ਮੈਂ ਵੇਖਦੀ ਹਾਂ ਆਹ ਵਾਲਾ ਕਿਉਂ ਠੀਕ ਮੇਰੀ ਤਾਂ ਰੀਅਲ ਬਣੀ ਆ ਕਿਉਂ ਆਪਾਂ ਨਹੀਂ ਨਾ ਕਰਦੇ ਪੱਕਾ ਹੀ ਆ ਕੰਮ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਗਈ ਸੀ ਅੱਜ ਬਾਜ਼ਾਰ ਸੂਟ ਲੈਣ ਅਤੇ ਮੈਂ 3 ਸੂਟ ਲੈ ਕੇ ਆਈ ਹਾਂ ਇੱਕ ਆ ਕੋਟਨ ਦਾ ਮਤਲਬ ਕਿ ਹਾਂਜੀ ਮੈਂ ਗਈ ਸੀ ਅੱਜ ਬਾਜ਼ਾਰ ਸੂਟ ਲੈਣ ਅਤੇ ਮੈਂ 3 ਸੂਟ ਲੈ ਕੇ ਆਈ ਹਾਂ ਇੱਕ ਆ ਕੋਟਨ ਦਾ ਮਤਲਬ ਕਿ ਸਿੰਪਲ ਜਿਹਾ ਹੈ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਅਤੇ ਇਹ ਹੈਗਾ 550 ਦਾ ਅਤੇ ਇਹਦੇ ਨਾਲ ਦੁਪੱਟਾ ਆ ਇਹ ਵੀ ਵਧੀਆ ਸੂਟ ਆ ਇਹ ਹੈਗਾ 1250 ਦਾ ਸੂਟ ਅਤੇ ਆਹ ਵਾਲਾ ਸੂਟ ਇਹਦੇ ਨਾਲ ਵੀ ਦੁਪੱਟਾ ਹੈਗਾ ਏ ਇਹ ਹੈਗਾ 900 ਰੁਪਏ ਦਾ ਸੂਟ ਹਾਲੇ ਮੈਂ 3 ਸੂਟ ਲੈ ਕੇ ਆਈ ਹਾਂ ਮੈਨੂੰ 3 ਹੀ ਸੂਟ ਵਧੀਆ ਲੱਗੇ ਮੈਨੂੰ ਲੱਗਦਾ ਹਾਲੇ ਇੰਨਾ ਵਧੀਆ ਮਾਲ ਨਹੀਂ ਆਇਆ ਅਤੇ ਵੈਸੇ ਗਰਮੀਆਂ ਦੇ ਸੋਹਣੇ ਸੋਹਣੇ ਸੂਟ ਆ ਵੀ ਗਏ ਨੇ ਪਰ ਬਸ ਮੈਨੂੰ 3 ਸੂਟ ਪਸੰਦ ਆਏ ਸੀ
ਅਤੇ ਮੈਨੂੰ ਗੋਲ ਗੱਪੇ ਬਿਲਕੁਲ ਪਸੰਦ ਨਹੀਂ। ਕੁੜੀਆਂ ਕਹਿੰਦੀਆਂ ਨੇ ਨਾ ਵੀ ਗੋਲ ਗੱਪੇ ਪਸੰਦ ਆ, ਮੈਨੂੰ ਬਿਲਕੁਲ ਪਸੰਦ ਨਹੀਂ। ਮੈਂ ਲੱਗੀ ਚਾਟ ਪਾਪੜੀ ਖਾਣ, ਮੇਰੇ ਮੁੰਡੇ ਨੂੰ ਪਸੰਦ ਆ ਗੋਲ ਗੱਪੇ, ਖਾਣ ਲੱਗਾ।